ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਆਪ ਜੀ ਦੇ ਦਰ 'ਤੇ ਇਕੱਤਰ ਹੋਈਆਂ ਹਨ ਜੀ। ਸਤਿਗੁਰੂ ਜੀਓ ਇਸ ਵੇਲੇ ਪ੍ਰਭਾਤ ਫੇਰੀ ਵਿੱਚ ਚੱਲਣ ਦੀ ਆਗਿਆ ਬਖਸ਼ੋ ਜੀ। ਸਰਬੱਤ ਸੰਗਤਾਂ ਨੂੰ ਆਪ ਜੀ ਦਾ ਨਾਮ ਸਵਾਸ ਸਵਾਸ ਜਪਾਉਣਾ ਦਾ ਤਾਰ ਪਾਤਸ਼ਾਹ ਬਖਸ਼ੋ ਆ ਗਿਆ। ਸਹੀ ਪਿਆਰੀ ਮੇਲ ਜਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੀ ਬਾਣੀ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਵਾਹਿਗੁਰੂ 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 ਗੁਰੂ ਗੁਰੂ ਗੁਰ ਕਰ ਮੰਦ ਮੋਹਰ ਗੁਰੂ ਗੁਰੂ ਸੁਖ ਨਾ ਰਹੇ ਆ ਰਾ ਕਿਰ ਦੁਖ ਨਾ ਰਹੇ ਆ ਰਾ ਕਿਰ ਦੁਖ ਨਾ ਰਹੇ ਆ ਰਾ।
ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਸਰਬੱਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ। ਸਤਿਗੁਰੂ ਜੀ ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਜਗਤਾਰ ਸਿੰਘ ਅਤੇ ਸਰਬੱਤ ਪਰਿਵਾਰ ਨੇ ਰਲ ਮਿਲ ਕੇ ਦਾਤਾਰ ਪਾਤਸ਼ਾਹ ਆਪ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਕੀਰਤਨ ਕਰਦਿਆਂ ਤੋਂ ਸੇਵਾਵਾਂ ਕਰਦਿਆਂ ਤੋਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਜੀ। ਆਪ ਜੀ ਦੇ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ ਸਤਿਗੁਰੂ ਜੀ ਅੱਗੇ ਵਾਸਤੇ ਸਤ ਦੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨ ਦੀ। ਸਤਿਗੁਰੂ ਜੀ ਇਹਨਾਂ ਸਮਾਗਮਾਂ ਅਤੇ ਸੇਵਕ ਪਰਿਵਾਰ ਵੱਲੋਂ ਆਪ ਜੀ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਧਿਆਵ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਜੀ। ਆਪ ਜੀ ਕੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰੋ। ਸਤਿਗੁਰੂ ਹੁਕਮਨਾਮਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਆਹਾਰ ਕਰ ਰਿਤਿਆਕ ਆਹਾਰ ਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ।
ਆਪ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਸਰਬੱਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ ਜੀ ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਤਿਗੁਰੂ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਰਜਿੰਦਰ ਸਿੰਘ ਆਪਣੀ ਦੁਕਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ ਦਾਤਾਰ ਸਤਿਗੁਰੂ ਜੀਓ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਦਰੋਂ ਘਰੋਂ ਚੜ੍ਹਦੀਆਂ ਕਲਾਂ ਦੀ ਦਾਤ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਜੀ ਸਰਬੱਤ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਕਾਰੋਬਾਰੀ ਤਰੱਕੀਆਂ ਬਖਸ਼ਣੀਆਂ ਦਾਤਾ ਜੀਓ ਬੇਅੰਤ ਸੰਗਤਾਂ ਨੇ ਪ੍ਰਭਾਤ ਫੇਰੀ ਵਿੱਚ ਹਾਜ਼ਰੀ ਭਰੀ ਹੈ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰੋ ਪਾਤਸ਼ਾਹ ਇਸੇ ਤਰ੍ਹਾਂ ਹੀ ਆਪ ਜੀ ਦੇ ਪ੍ਰਕਾਸ਼ ਪੁਰਬ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਲਈ ਸਰਬੱਤ ਸੰਗਤ ਨੂੰ ਪ੍ਰੇਮ ਪਿਆਰ ਉਤਸ਼ਾਹ ਬਖਸ਼ੋ ਜੀ ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਆਪ ਜੀ ਦੇ ਆਗਮਨ ਪੁਰਖ ਦੀਆਂ ਖੁਸ਼ੀਆਂ ਵਿੱਚ ਬੇਅੰਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ ਜੀ। ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਦਾ ਧਾਰ ਪਿਤਾ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਗੁਰਦੇਵ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਨੇ ਆਪਣੀਆਂ ਦੁਕਾਨਾਂ ਤੇ ਸਤਿਗੁਰੂ ਪਾਵਨ ਬਾਣੀ ਦੇ ਕੀਰਤਨ ਕਰਵਾਏ, ਆਪ ਜੀ ਦੇ ਦਰ ਘਰ ਦੀ ਸੇਵਾ ਕੀਤੀ ਜੀ। ਗੁਰਬਾਣੀ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਅੱਗੇ ਵਾਸਤੇ ਸੁਧ ਤੇ ਸਪਸ਼ਟ ਗੁਰਬਾਣੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲਬੁੱਧੀ ਬਖਸ਼ਣੀ ਦਾ ਧਾਰ ਪਾਤਸ਼ਾਹ ਜੀ। ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਸੇਵਕ ਪਰਿਵਾਰ ਨੇ ਆਪਣੀ ਦੁਕਾਨ ਤੇ ਸਤਿਗੁਰੂ ਜੀ ਔਰ ਬਾਣੀ ਦੇ ਕੀਰਤਨ ਕਰਵਾਏ, ਸੇਵਾ ਕੀਤੀ, ਸੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਅੰਦਰੋਂ ਧਰੋਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨੀ ਜੀ। ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ, ਕਾਰੋਬਾਰੀ ਤਰੱਕੀਆਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਕੀਰਤਨ ਸਤਿਕਾਰ ਮਾਇਆ ਪ੍ਰਗਟ ਕੀਤੀ ਹੈ, ਸਭ ਦੀਆਂ ਕੀਰਤਨ ਭੇਟਾਵਾਂ ਹਾਜ਼ਰੀਆਂ ਦਸਤਰਵਾਂ ਕਰਨੀਆਂ ਜੀ। ਕਦਮ ਕਦਮ ਚੱਲਿਆ ਲੇਖੇ ਲਾਉਣਾ ਪਾਤਸ਼ਾਹ, ਇਸੇ ਤਰ੍ਹਾਂ ਹੀ ਆਪ ਜੀ ਦੇ ਪ੍ਰਕਾਸ਼ ਪੁਰਬ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਲਈ ਸਰਬੱਤ ਸੰਗਤ ਨੂੰ ਪ੍ਰੇਮ ਪਿਆਰ ਉਤਸ਼ਾਹ ਬਖਸ਼ੋ ਜੀ। ਸਹੀ ਪਿਆਰੇ ਵੀਰ ਜੀ ਦਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਚ ਵਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹ।